ਚਾਰ ਠੀਕ ਹੈ ਦਿਹਾੜੀ ਕਿੰਨਾ ਹੈ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਆਵੜੇ ਜੀ ਖਾਨ ਸਾਹਿਬ ਸਾਢੇ ਚਾਰ ਠੀਕ ਹੈ ਤੇ ਤੁਸੀਂ ਆਖੋ ਆ ਤਾਂ ਮੈਂ ਹੁਣ ਛੁੱਟੀ ਕਰਾਂ ਆਚਾ ਜੋ ਕੋਈ ਚੜ੍ਹੇ ਦੀ ਕੋਸ਼ਿਸ਼ ਕਰਨੀ ਪਵਿਆ ਕੋਈ ਦਿਹਾੜੀ ਮਿੰਡਿਓ ਆਚਾ ਉਕਾ ਪੱਕੇ ਟਾਈਮ ਤੇ ਲੱਗੇ ਵੇਂਦੇ ਹੁੰਦੇ ਹੋ ਕੋ ਭਾਈ 10 ਮਿੰਟ ਉੱਤੇ ਚਲਾ ਵੀ ਨੇ ਖੈਰ ਏ ਘੜੀਆਂ ਹੱਥ ਤੇ ਚਾ ਕੇ ਬੈਠੇ ਹੁੰਦੇ ਹੋ ਹਾਂ ਨਾ 800 ਰੁਪਏ ਇੱਕ ਗੱਲ ਕਰਨੀ ਆਈ ਜੀ ਹਾਂ ਕਰ ਕੇ ਗੱਲ ਏ ਇਹ ਜੀ ਇਸ ਦਿਹਾੜੀ ਤੇ ਕੋ ਪੂਰੀ ਨਹੀਂ ਪਉਂਦੀ ਖਾਨ ਕੋਈ ਕੁਝ ਵਧਾਓ ਆ ਜੋ ਨਿਜ਼ਾਮ ਨਹੀਂ ਚੱਲਦਾ ਜੀ ਤੁਹਾਡੀ ਮਿਹਰਬਾਨੀ ਆਈ ਜੀ ਤੂੰ ਨਾ ਕੋ ਦੇ ਨਾ ਡੋ ਦੇ ਇਹ ਸ਼ੁਕਰ ਕਰ ਜਿਹੜਾ ਮੈਂ ਤੈਨੂੰ ਚਾਹੀਏ ਦਾਂ ਤੇ 800 ਰੁਪਏ ਦਿਹਾੜੀ ਮੈਂ ਤੈਨੂੰ ਦੇਣਾ ਚਾ 600 ਰੁਪਏ ਤੇ 500 ਰੁਪਏ ਦਿਹਾੜੀ ਵਾਲੀ ਮਜ਼ਦੂਰੀ ਲੱਭਦੇ ਜਿਹੜੀ ਬੇਰੁਜ਼ਗਾਰੀ ਹੈ ਤੇ ਕੱਲ੍ਹ ਤੂੰ ਕੰਮ ਤੇ ਹੀ ਨਾ ਆਵੇ ਸਾਰਨ ਖਰਾਬ ਹੀ ਤੂੰ ਕਰਿਆ ਦਾ ਦੇ ਚੱਲ ਸ਼ਨਾ ਅੱਲਾ ਬੇਪਰਵਾਹ ਜੀ ਬੇਨਿਆਜ਼ ਹੈ ਮਿਹਰਬਾਨੀ ਕੀਤੀ ਕਰੋ ਜੀ ਗਰੀਬਾਂ ਨਾਲ ਹੀ ਜੇ ਲੱਗੀ ਤਾਂ ਕਰੋ ਜੀ ਵਾਲੇਕੁਮ ਸਲਾਮ ਚਾਚਾ ਪੁੱਤਰ ਮੈਂ ਤੇਰੇ ਕੋਲ ਆਇਆ ਮੈਨੂੰ ਇਹ 200 ਦਾ ਆਟਾ ਦੇ ਚਾ ਤੇ ਕੋਈ ਕਾਲਾ ਸਾਬਣ 50 ਦਾ ਦੇ ਚਾ ਤੇ ਪੱਤੀ ਕੋਈ ਦੇ ਚਾ 80-90 ਦੀ ਤੇ ਇਹ ਹਰੀ ਜੇ ਰਹਿਣਾ ਪੁੱਤਰ ਚੀਨੀ ਪਈਏ ਹੀ ਨਾ ਉਹ ਚੀਨੀ ਵੀ ਦੇ ਚਾ ਧੋਣ ਵਾਲਾ ਸਾਬਣ ਤੇ ਕੱਪੜਾ ਵਾਲਾ ਤੇ ਸਰਵ ਵੀ ਪੁੱਤਰ ਚਾਚੇ 200 ਦਾ ਆਟਾ ਤੇ 40 ਦੀ ਫਲਾਣੀ ਸਹੀ ਤੇ 50 ਦੀ ਫਲਾਣੀ ਸਹੀ ਇਤਨੀ ਮਹਿੰਗਾਈ ਹੈ 200 ਦਾ ਆਟਾ ਤੈਨੂੰ ਕਿਸੇ ਢੀ ਸੀ ਜਿਵੇਂ 800 ਦੀ ਦਿਹਾੜੀ ਲੱਗੀ ਹੈ ਪੁੱਤਰ ਤੇ ਬਸ ਇਹ ਦਿਹਾੜ ਗੁਜ਼ਰ ਵਣੇ ਬਸ ਸੌਦਾ ਥੋੜਾ ਬਹੁ ਇਹ ਗੁਜ਼ਾਰਾ ਕਰ ਚਾ ਠੀਕ ਹੈ ਰਹਿਣਾ ਚਾਚਾ ਹਾਂ ਚਾਚਾ ਇਹ ਤਾਂ ਅਰਸ਼ ਆ ਗਏ ਹੋਰ ਕੁਛ ਹੈ ਪੁੱਤਰ ਭੱਲਾ ਥੀ ਵੀ ਸੌਦਾ ਦਿੱਤੀ ਭੱਲਾ ਆਟਾ ਤਾਂ ਪੁੱਤਰ ਇਹ ਇੱਕ ਜੁੰਝਦਾ ਹੀ ਨਹੀਂ ਬਸ ਚੰਗੀ ਨੀ ਫੱਬੀ ਇਨਸ਼ਾਅੱਲਾ ਚੰਗੀ ਲੱਗੀ ਤਾਂ ਚਾਚਾ ਤੇਰੀ ਦਿਹਾੜੀ ਜੇ 2 ਮਹੀਨੇ ਹੋਰ ਨਾ ਲੱਗੇ ਵਾ ਮੈਂ ਯਾਰ ਵਧਾ ਰਵਾਂ ਅੱਜ ਮੈਂ ਸੌਦਾ ਦੇਂਦਾ ਭੇਜ ਦੇ ਵਾਤ ਐਂਦਾ ਤੂੰ ਬਾ ਸੌਦਾ ਗਿਰੋ ਮੇਰੇ ਕੋਲ ਨਾ ਹੋਵੇ ਇਹ ਗਿੰਦ ਵਾ ਮਹਾਰਾਜ ਪੁੱਤਰ ਵਾਹ ਮਹਾਰਾਜ ਚਾਚਾ ਦਿਮਾਗ ਲਖਾ ਵਾ ਦਿਹਾੜੀ ਜੋ ਲੱਗੇ ਨਹੀਂ ਤੇ ਪੁੱਤਰ ਅਸਾਂ ਹੁਣ ਭੁੱਖੇ ਮਰ ਵੀ ਜਾ ਇਹ ਪਾਪੀ ਪੇਟ ਤਾਂ ਭਰਣਾ ਭਰਣਾ ਇਹ ਪਾਪੀ ਪੇਟ ਕਿਹੜੇ ਪਾਪੀ ਵੀ ਜਾ ਅੱਬਾ ਖੈਰ ਹੋਵੇ ਦੇਰ ਕਰ ਦਿੱਤੀ ਬਹੁਤ ਸਾਰੀ ਸੌਦਾ ਖਿੰਦਾ ਰਿਹਾ ਮਜ਼ਦੂਰੀ ਕੋ ਸੌਖੀ ਤਾਂ ਨਹੀਂ ਮੇਰੀਆਂ ਹੱਡੀਆਂ ਕੋਣ ਮਜ਼ਦੂਰੀ ਵਾਲੀਆਂ ਹਨ ਸੌਦਾ ਕਿੱਦਾਂ ਮੈਂ ਸੈਂਕਲ ਦੇ ਪਿੱਛੇ ਖੜ ਲਈ ਔਖਾ ਕੰਮ ਹੈ ਔਖਾ ਬਾ ਸੌਦਾ ਤਾਂ ਕਿੱਦਾਂ ਹੀ ਅੰਮੀ ਦੀ ਤਬੀਅਤ ਹੀ ਖਰਾਬ ਹੈ ਉਹਦੀ ਦਵਾਈ ਵੀ ਗਿਰਣੀ ਹੈ ਵੱਧ ਕੇ ਅੰਮੀ ਨੂੰ ਠੀਕੇ ਦਮ ਪਾਣੀ ਨਹੀਂ ਹੈ ਪਿਲਵਾਇਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜੇ ਡਾਕਟਰ ਤੇ ਖੜਾ ਜਿਹੜੇ ਡਾਕਟਰ ਤੇ ਖੜੇ ਨਾ ਉਹ ਇਤਨਾ ਬਿੱਲ ਗਿਣਦਾ ਬੰਦਾ ਦੇ ਨਹੀਂ ਸਕਦਾ 800 ਮਜ਼ਦੂਰੀ ਮੈਂ ਕਿੱਥੇ ਕਿੱਥੇ ਲਾਵਾਂ ਐ ਹੁਕਮਰਾਨੋ ਖੁਦਾ ਦਾ ਨਾਮ ਲੈ ਅੱਲਾ ਪਾਕ ਤੁਹਾਨੂੰ ਵੀ ਇਤਨੀ ਦੌਲਤ ਦਿੱਤੀ ਹੈ ਨਾ ਦਿੱਤਾ ਹੈ ਕੁਝ ਗਰੀਬਾਂ ਦਾ ਅਹਿਸਾਸ ਹੀ ਕੀਤਾ ਕਰੋ ਕੁਝ ਬਿਮਾਰੀਆਂ ਦਾ ਅਹਿਸਾਸ ਹੀ ਕੀਤਾ ਕਰੋ ਕੋਈ ਬਜ਼ੁਰਗਾਂ ਦਾ ਅਹਿਸਾਸ ਹੀ ਕੀਤਾ